ਭਰ ਤਾਂ ਜਾਂਦੇ ਹਾਂ ਜਦੋਂ ਕੈਂਪ ਦੀ ਗੱਲ ਸਟਾਰਟ ਹੁੰਦੀ ਹੈ ਅੰਦਰੋਂ, ਪਰ ਐਕਸਪ੍ਰੈਸ ਨਹੀਂ ਕੀਤਾ ਜਾਂਦਾ। ਤੇ ਲੱਗ ਰਿਹਾ ਸੀ ਕਿ ਹੋਲੀ ਆ ਰਹੀ ਹੈ ਤੇ ਸਾਨੂੰ ਇਸ ਨੂੰ ਵੀ ਮਨਾਉਣਾ ਚਾਹੀਦਾ ਹੈ। ਜਿਹੜੇ ਜਿਹੜੇ ਟਾਈਮ 'ਚ ਪਹੁੰਚੇ ਨੇ ਸਾਰੀ ਕੈਂਪ ਦੀ ਯਾਦ ਆਈ ਜਾਂਦੀ ਹੈ। ਜਿੱਦਾਂ ਕਿ ਆਪਾਂ ਕੈਂਪ ਤੋਂ ਵਾਪਸ ਆ ਚੁੱਕੇ ਸੀ ਤੇ ਕੁਦਰਤੀ ਅੱਜ 16 ਤਰੀਕ ਹੈ ਤੇ 16 ਤਰੀਕ ਨੂੰ ਭਾਬੀ ਹੋਰਾਂ ਦੀ ਅੱਜ ਪਹਿਲੀ ਐਨੀਵਰਸਰੀ ਸੀਗੀ, ਉਹ ਵੀ ਥੋੜ੍ਹੀ ਬਹੁਤ ਸੈਲੀਬ੍ਰੇਟ ਕਰ ਰਹੇ ਹਾਂ ਤੇ ਇਹਨੂੰ ਵਿੱਚ ਹੀ ਐਡ ਕਰ ਦਾਂਗੇ ਆਪਾਂ। ਅੰਦਰ ਆਇਓ ਇਹ ਸਾਰੇ ਯਾਰ ਦੋਸਤ ਭਰਾ ਆ ਰਹੇ। ਚਲੋ 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 ਜੀ ਗਾਇਸ, ਕੀ ਹਾਲ ਚਾਲ ਆ ਗਿਆ ਨਵੇਂ ਵਲੋਗ ਦੇ ਨਾਲ। ਤਰੀਕ ਚੜ੍ਹ ਗਈ ਅੱਜ 17 ਤੇ ਲਾਸਟ ਵਲੋਗਾਂ 'ਚ ਤੁਸੀਂ ਦੇਖਿਆ ਹੋਊਗਾ ਆਪਾਂ ਕੈਂਪ ਤੋਂ ਵਾਪਸ ਆਏ, ਹੈ ਨਾ। ਕੈਂਪ ਨਾਲ ਯਾਦਾਂ ਜੁੜੀਆਂ ਸੀ ਆਪਣੀਆਂ, ਮਤਲਬ ਹੁਣ ਘਰੇ ਨਾਸ਼ਤਾ ਕਰ ਰਹੇ ਹਾਂ ਤਾਂ ਐਂ ਫੀਲ, ਮਤਲਬ ਯਾਦ ਉੱਥੋਂ ਦੀ ਹੀ ਆ ਰਹੀ ਹੈ ਵੀ ਉੱਥੇ ਕਿਵੇਂ ਕਰਦੇ ਸੀ, ਹੈ ਨਾ, ਵੀ ਕਿਵੇਂ ਕਿਵੇਂ ਉੱਥੇ ਸਾਰਾ ਕੁਛ ਹੁੰਦਾ ਸੀਗਾ। ਭਰ ਤਾਂ ਜਾਂਦੇ ਹਾਂ ਜਦੋਂ ਕੈਂਪ ਦੀ ਗੱਲ ਸਟਾਰਟ ਹੁੰਦੀ ਹੈ ਅੰਦਰੋਂ, ਪਰ ਐਕਸਪ੍ਰੈਸ ਨਹੀਂ ਕੀਤਾ ਜਾਂਦਾ। ਸੋ ਚਲੋ ਕੋਈ ਗੱਲ ਨਹੀਂ, ਫਿਲਹਾਲ ਨਾਸ਼ਤਾ ਕਰਦੇ ਤੇ ਫਿਰ ਆਪਾਂ ਕਾਲਜ ਚੱਲਣਾ। ਕਾਲਜ ਮੈਡਮ ਨੂੰ ਮਿਲਣਾ, ਜਾ ਕੇ ਸਾਰਾ ਕੁਛ ਦਿਖਾਉਣਾ, ਹੈ ਨਾ, ਵੀ ਆਹ ਸਰਟੀਫਿਕੇਟ ਮਿਲਿਆ, ਇੱਦਾਂ ਟਰੋਫੀ ਵਗੈਰਾ ਜੋ ਵੀ ਸਾਰਾ ਕੁਛ ਕਾਲਜ ਦਿਖਾਉਣਾ ਜਾ ਕੇ। ਸੋ ਨਾਸ਼ਤਾ ਪਾਣੀ ਹੋ ਗਿਆ ਤੇ ਆਪਾਂ ਸ਼ੀਲਡ ਤੇ ਸਰਟੀਫਿਕੇਟ ਚੱਕ ਲਿਆ, ਕਾਲਜ ਲੈ ਕੇ ਜਾਣ ਵਾਸਤੇ ਮੈਡਮ ਨੂੰ ਦਿਖਾਵਾਂਗੇ ਜਿਨ੍ਹਾਂ ਦੇ ਅੰਡਰ ਅਸੀਂ ਗਏ ਸੀਗੇ, ਜਿਨ੍ਹਾਂ ਨੇ ਸਾਨੂੰ ਭੇਜਿਆ ਸੀਗਾ। ਜੰਮਦਾ ਪਲਦਾ ਤੇ ਜ਼ਿੰਦਗੀ ਦਾ ਸਫ਼ਰ ਪੂਰਾ ਕਰਦਾ। ਇਹ ਮੇਲੇ ਤਿਉਹਾਰ ਸਾਡੇ ਭਾਰਤ ਦਾ, ਸਾਡੀ ਸੰਸਕ੍ਰਿਤੀ ਤੇ ਸਭਿਅਤਾ ਦਾ ਇੱਕ ਅਟੁੱਟ ਹਿੱਸਾ ਨੇ। ਸ਼ਾਇਦ ਇਹਨਾਂ ਤੋਂ ਬਿਨਾਂ ਅਸੀਂ ਅਧੂਰੇ ਮਹਿਸੂਸ ਕਰਦੇ ਹਾਂ। ਅੱਜ ਵੀ ਜਦੋਂ ਅਸੀਂ ਕੱਲ੍ਹ ਗੱਲ ਕੀਤੀ ਸਰ ਨਾਲ ਤੇ ਲੱਗ ਰਿਹਾ ਸੀ ਕਿ ਹੋਲੀ ਆ ਰਹੀ ਹੈ ਤੇ ਸਾਨੂੰ ਇਸ ਨੂੰ ਵੀ ਮਨਾਉਣਾ ਚਾਹੀਦਾ। ਹੋਲੀ ਅਸਲ ਵਿੱਚ ਨੇਕੀ ਦੀ ਬਦੀ ਤੇ ਜਿੱਤ ਹੈ, ਵਿਕਟਰੀ ਆਫ ਗੁੱਡ ਓਵਰ ਈਵਲ। ਤਿਉਹਾਰ ਬਣਾਈ ਅਸੇ ਲਈ ਜਾਂਦੇ ਆ ਕਿ ਮਨਾਂ ਵਿੱਚ ਕਦੇ ਥੋੜ੍ਹੇ ਗੁੱਸੇ ਗਿੱਲੇ ਹੁੰਦੇ ਅਤੇ ਉਹਨਾਂ ਗੁੱਸਿਆਂ ਗਿੱਲਿਆਂ ਨੂੰ ਫਿਰ ਇਕੱਠੇ ਹੋ ਕੇ ਅਸੀਂ ਹੋਲੀ ਦੇ ਰੰਗਾਂ ਦੇ ਰੂਪ ਵਿੱਚ ਮਨਾਉਂਦੇ ਹਾਂ। ਦੋ ਵੱਜ ਗਏ ਤੇ ਹੁਣ ਆਪਾਂ ਕਾਲਜ ਤੋਂ ਆਏ ਹਾਂ ਵਿਹਲੇ ਤੇ ਫਿਲਹਾਲ ਚੱਲਦੇ ਹਾਂ ਘਰੇ। ਕਾਲਜੋਂ ਘਰੇ ਆ ਕੇ ਆਪਾਂ ਘਰ ਦਾ ਇੱਕ ਅੱਧਾ ਕੰਮ ਨਿਬੇੜਿਆ ਸੀ ਤੇ ਫਿਰ ਆ ਕੇ ਮੈਂ ਸੌ ਗਿਆ ਸੀਗਾ ਤੇ ਫਿਲਹਾਲ ਟਾਈਮ 7:45 ਹੋ ਚੁੱਕੇ ਆ ਤੇ ਚਾਹ ਬਣੀ ਹੈ, ਚਾਹ ਪੀਂਦੇ ਹਾਂ ਤੇ ਫਿਰ ਆਪਾਂ ਨਿਕਲਦੇ ਹਾਂ ਮਲੋਟ ਦੇ ਬਾਜ਼ਾਰਾਂ ਵੱਲ, ਤੁਹਾਨੂੰ ਸੈਰ ਕਰਾਉਂਦੇ ਹਾਂ, ਮਾਹੌਲ ਦੇਖਦੇ ਹਾਂ ਕੀ ਹੈਗਾ। ਚੱਲ ਰਿਦੂ ਵੀਰ ਵੀ ਆ ਗਏ ਤੇ ਆਪਾਂ ਪਹੁੰਚੇ ਹਾਂ ਪਾਰਕ, ਪਾਰਕ ਦਾ ਮਾਹੌਲ ਦਿਖਾਉਂਦੇ ਹਾਂ। ਹੈ ਰਿਦੂ ਵੀਰ, ਕਿਵੇਂ ਚੱਲਿਆ ਮਗਰੋਂ ਪਾਰਕ? ਫਿਲਹਾਲ ਬੇਲਪੁਰੀ ਖਾਈ ਜਾ ਰਹੀ ਹੈ। ਜਿਵੇਂ ਜਿਵੇਂ ਟਾਈਮ ਦਾ ਮਤਲਬ ਹੋਈ ਜਾਂਦਾ ਨਾ, ਇੱਕ ਦਿਨ ਦੀ ਜਿਹੜੀ ਰੂਟੀਨ ਹੁੰਦੀ ਹੈ ਟਾਈਮ ਦੇ ਅਕੋਰਡਿੰਗਲੀ, ਉਵੇਂ ਉਵੇਂ ਜਿਵੇਂ ਮਤਲਬ ਜਿਹੜੇ ਜਿਹੜੇ ਟਾਈਮ 'ਚ ਪਹੁੰਚੀ ਜਾਂਦੇ ਹਾਂ ਸਾਰੀ ਕੈਂਪ ਦੀ ਯਾਦ ਆਈ ਜਾਂਦੀ ਹੈ। ਅਤੇ ਇੱਥੇ ਹੁਣ ਗਰਮੀ ਵੀ ਬਹੁਤ ਲੱਗੀ ਜਾਂਦੀ ਸਾਨੂੰ ਆਪਦੇ ਸ਼ਹਿਰ ਦੇ ਵਿੱਚ, ਬਾਕੀ ਹੁਣ ਯਾਦ ਤਾਂ ਆਊਗੀ, ਹੈ ਨਾ, ਇੱਕ ਦੋ ਦਿਨ ਹੋਊਗਾ ਥੋੜ੍ਹਾ ਜ਼ਿਆਦਾ ਫੀਲ, ਉਸ ਤੋਂ ਬਾਅਦ ਸੈੱਟ ਹੋ ਜਾਂਗੇ, ਹੌਲੀ ਹੌਲੀ ਸੈੱਟ ਹੋ ਜਾਂਦਾ ਹੁੰਦਾ ਬੰਦਾ। ਅਤੇ ਬਾਕੀ ਆ ਚੱਲੀ ਜਾਂਦੇ, ਝੂਟੇ ਲਈ ਜਾਂਦੇ ਆ, ਜਿੰਮ ਲਾਈ ਜਾਂਦੇ ਆ। ਇੱਥੇ ਕੁਛ ਜ਼ਿਆਦਾ ਹੀ ਗਰਮੀ ਆ, ਉੱਥੇ ਹੈ ਨਹੀਂ ਸੀ ਚੰਡੀਗੜ੍ਹ, ਸ਼ਾਇਦ ਅਸੀਂ ਅੰਦਰ ਸੀ ਤਾਂ ਕਰਕੇ, ਬਾਹਰ ਨਿਕਲਿਆ ਤਾਂ ਪਤਾ ਲੱਗਿਆ ਹੁਣ। ਇਹ ਤਾਂ ਠੀਕ ਹੈ, ਪਿੱਛੇ ਨਹੀਂ ਲੱਗਦਾ ਮੈਨੂੰ, ਝੂਟਾ ਦੇ ਕੇ ਨਾ ਭਰਾ, ਬਹੁਤ ਸੰਗ ਸੰਗ ਟੁੱਟ ਨਹੀਂ ਟੁੱਟਦਾ, ਮੰਨ ਲੈ ਮੇਰੀ ਗੱਲ, ਬੋਲਦੇ ਆ ਸੱਟ ਤੇਰਾ। ਚਲੋ 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 ਚਲੋ, ਪਾਰਕ ਤੋਂ ਨਿਕਲ ਕੇ ਆਪਾਂ ਵੈਸੇ ਹੀ ਰੰਗ ਰੂੰਗ ਦੇਖਣ ਆਏ ਸੀ ਸਵੇਰੇ ਹੋਲੀ, ਹੈ ਨਾ, ਵੈਸੇ ਲੈਣੇ ਤਾਂ ਸਵੇਰੇ ਆ, ਪਰ ਰੇਟ ਰੂਟ ਪਤਾ ਕਰਨ ਆਏ ਸੀ ਸਾਰੇ। ਗੱਟਾ ਕਿਤਨੇ ਕਾ ਹੈ, ਰੰਗ ਚੈੱਕ ਕਰੋ। ਰੰਗ ਰੂੰਗ ਦੇਖ ਕੇ ਆ ਗਏ ਸੀ ਆਪਾਂ ਘਰ ਕੋਲ ਤੇ ਹੁਣ ਆਪਾਂ ਤੁਹਾਨੂੰ ਮਿਲਾਈਏ ਗੈਰੀ ਨਾਲ। ਓ ਕਿੱਦਾਂ ਵੀ ਜਵਾਨੋ, ਕੀ ਹਾਲ ਹੈ, ਹੱਥਾਂ ਮਿਲਾ ਲਾ ਯਾਰ, ਤੂੰ ਨੀ ਮਿਲਾਉਣਾ, ਸੈੜੇ ਮੱਛਰ ਦੇ ਫਿਰਦੇ, ਇੰਨਾ ਗੰਦ ਪਾ ਰੱਖਿਆ। ਹਾਂਜੀ
दस दे मैं कौन आ, पता लग गया लैनु क्या यार इंट्रोडक्शन करा मेरी, मैं कौन आ मनी। तो फिलहाल टाइम साढ़े नौ हो चुके हैं, आप घर आ चुके हैं, फिलहाल रोटी रोटी खाने हैं। तो अज के व्लॉग हूँ तक तुम देखा सवेरे तो आप गए कॉलेज, जो भी मेरे को कवाड से सर्टिफिकेट मैडम दिखाया, फोटो वगैरह हुई जो भी सी, कॉलेज होर भी होली की सैलीब्रेशन फोटो हुई वो भी करा के आए, तो वधिया लगे, काफ़ी बधाइया दित्तियां जो भी सारा कुछ होया। उस तो बाद शाम को आप इंजॉयमेंट वास्ते बाजार बाहर तो निकले, बट इंजॉय कर नहीं पाए, क्यों? क्योंकि जिमें जिमें टाइम चल रहा है ना, सारी उस टाइम की याद कैंप की आ रही थी, भी कैंप च आप उस टाइम आ करते, उस टाइम आ करते, करके जी नहीं लग रहा। अज इसनों सैट होने थोड़ा थोड़ा टाइम लगेगा, इसमें सैट होने थोड़ा मतलब दो तीन दिन लगनगे, क्योंकि आप उस इनवायरमेंट से टले हुए ना, हूँ इस इनवायरमेंट आ चुके हैं, तो मैं इस हिसाब से टलना पेगा। तो करके ये जो व्लॉग है ना, आप कल कंटिन्यू करेंगे, कल जो होली वाला व्लॉग अलग रखा, उस तो बाद शाम की रूटीन इन्हें ऐड करा। सो कल मिलते हैं तुम्हें।